10 ਮਹੀਨੇ ਪਹਿਲੇ ਲਾਪਤਾ ਹੋਏ 13 ਸਾਲ ਦੇ ਨਾਬਾਲਗ ਲੜਕੇ ਨੂੰ ਅੰਮ੍ਰਿਤਸਰ ਦੀ ਪੁਲਿਸ ਨੇ ਕੀਤਾ ਬਰਾਮਦ। ਅੰਮ੍ਰਿਤਸਰ ਦੇ ਕਸਬਾ ਵੇਰਕਾ ਤੋਂ 10 ਮਹੀਨੇ ਪਹਿਲਾਂ ਲਾਪਤਾ ਹੋਏ ਇੱਕ 13 ਸਾਲ ਦੇ ਨਾਬਾਲਗ ਲੜਕੇ ਨੂੰ ਅੰਮ੍ਰਿਤਸਰ ਵੇਰਕਾ ਦੇ ਥਾਣੇ ਦੀ ਪੁਲਿਸ ਨੇ ਬਰਾਮਦ ਕਰਕੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਹੈ। ਮੈਂ ਸੰਦੀਪ ਆ। ਕਿੱਥੇ ਰਹਿਣਾ? ਵੇਰਕੇ 'ਚ ਰਹਿਣਾ। ਕੀ ਹੋਇਆ, ਕਿਉਂ ਗਿਆ ਘਰ ਤੋਂ? ਘਰੋਂ ਨਾਰਾਜ਼ ਹਾਂ ਅਤੇ ਚਲ ਗਿਆ ਹਾਂ। ਪਹਿਲਾਂ ਇੱਥੋਂ ਦਰਬਾਰ ਸਾਹਿਬ ਗਿਆ ਹਾਂ, 2017 'ਚ ਗਿਆ ਹਾਂ ਇੱਥੋਂ, ਅਤੇ ਹੁਣ ਆਇਆ ਹਾਂ। ਕਿਉਂ ਨਾਰਾਜ਼ ਹੋਇਆ? ਕਿਸ ਵਜ੍ਹਾ, ਕੀ ਵਜ੍ਹਾ ਨਾਰਾਜ਼ਗੀ? ਨਾਰਾਜ਼ ਹੋਣ ਦੀ ਕੀ ਵਜ੍ਹਾ? ਤੇਰਾ ਸਕੂਲੇ ਨਹੀਂ ਜਾਣਾ ਹਾਂ, ਅਤੇ ਉਹ ਡੈਡੀ ਨੇ ਝਿੜਕਿਆ ਸੀ ਅਤੇ ਚਲ ਗਿਆ ਹਾਂ। ਕਿੱਥੇ ਚਲ ਗਿਆ? ਦਰਬਾਰ ਸਾਹਿਬ ਤੋਂ ਬਾਅਦ? ਪਹਿਲਾਂ ਦਰਬਾਰ ਸਾਹਿਬ ਗਿਆ ਅਤੇ ਫਿਰ ਉਸ ਤੋਂ ਬਾਅਦ ਇੱਥੇ ਦਿੱਲੀ ਚਲ ਗਿਆ ਹਾਂ। ਲੜਕਾ ਸੀਗਾ ਸੰਦੀਪ ਅਹਿਮਦ, 13 ਸਾਲ ਦੀ ਉਮਰ ਸੀਗੀ ਇਹ। 27/17 ਨੂੰ, 30/8/17 ਨੂੰ ਜਿਹੜਾ ਸੀਗਾ ਇੱਥੋਂ ਵੇਰਕੇ ਤੋਂ ਜਿਹੜਾ ਸੀਗਾ ਕਿਸੇ ਅਣਦਿੱਤੀ ਥਾਂ 'ਤੇ ਚਲਾ ਗਿਆ ਸੀ। ਜਿਹਦੇ ਸੰਬੰਧ ਵਿੱਚ ਅਸੀਂ 261 ਨੰਬਰ FIR ਦਰਜ ਜਿਹੜੀ ਸੀਗੀ 363/365 IBC ਦੇ ਤਹਿਤ ਦਰਜ ਕੀਤੀ ਸੀਗੀ। ਕਾਫੀ ਮਿਹਨਤ ਕਰਨ ਤੋਂ ਬਾਅਦ 'ਚ ਸਾਨੂੰ ਇਨਫੋਰਮੇਸ਼ਨ ਆਈ ਸੀਗੀ SHO ਵੇਰਕਾ ਜਿਹੜੇ, ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਇਹਨਾਂ ਦੇ ਬਾਅਦ 'ਚ ASLO ਉਹਨਾਂ ਨੇ ਜਿਹੜੀ ਬਹੁਤ ਵਧੀਆ ਮਿਹਨਤ ਐਫਰਟ ਕਰਕੇ ਇਹ ਬੱਚੇ ਨੂੰ ਜਿਹੜਾ ਹੈ ਦਿੱਲੀ ਦੇ ਚਨਕਿਆਪੁਰੀ ਦੇ ਵਿੱਚੋਂ ਰਿਕਵਰ ਕਰ ਲਿਆ। ਇਨਫੋਰਮੇਸ਼ਨ ਆਈ ਸੀ ਕਿਸੇ ਲੋਕਲ ਬੰਦੇ ਵੇਰਕੇ ਦੇ ਬੰਦੇ ਨੇ ਉਹਨੂੰ ਵੇਖਿਆ ਸੀਗਾ ਕਿ ਉੱਥੇ ਉਹ ਕੰਮ ਕਰ ਰਿਹਾ ਸੀ ਕਿਸੇ ਦੁਕਾਨ ਦੇ ਉੱਤੇ, ਅਤੇ ਉਸ ਇਨਫੋਰਮੇਸ਼ਨ ਨੂੰ SHO ਸਾਹਿਬ ਉਹਨਾਂ ਨੇ ਆਪਣੀ ਟੀਮ ਲਾ ਕੇ ਡਿਵੈਲਪ ਕੀਤਾ, ਅਤੇ ਨਾਲ SI ਲਵ ਕੁਮਾਰ ਅਤੇ ਬਾਕੀ ਸਾਡੀ ਟੀਮ ਨੇ ਵੇਰਕੇ ਤੋਂ ਜਾ ਕੇ ਉਹ ਬੰਦਾ ਕੱਢਾ ਬਰਾਮਦ ਕਰਕੇ ਹੁਣ ਅਸੀਂ ਪੇਰੈਂਟਸ ਦੇ ਉਹਨਾਂ ਦੇ ਹਵਾਲੇ ਕਰਦੇ। ਕੀ ਵਜ੍ਹਾ ਸੀ ਬੱਚੇ ਦੇ ਘਰ ਲੜਾਈ? ਘਰ ਦੇ ਵਿੱਚ ਬੱਚਿਆਂ ਦੀ ਜਿਹੜੀ ਥੋੜ੍ਹੀ ਆਪਸ, ਕਈ ਵਾਰੀ ਮਾਂ ਪਿਓ ਦੀ ਥੋੜ੍ਹੀ ਨੋਕ ਝੋਕ ਹੋ ਜਾਂਦੀ ਹੈ, ਉਸ ਤੋਂ ਹੋ ਗਏ ਗੁੱਸੇ ਹੋ ਗਏ। ਗਿਆ ਤਾਂ ਆਪਣੇ ਤੋਂ ਇੱਥੇ ਉਹ ਸੀਗਾ, ਗੁੱਸੇ ਹੋ ਗਏ, ਬਟ ਉੱਥੇ ਜਾ ਕੇ ਫਿਰ ਇਹ ਕੰਮ ਕੁੰਮ ਕਰ ਲਿਆ।